ਇਹ ਦੂਰੀ ਤਾਂ ਕੁਝ ਚਿਰ ਦੀ ਇਕੱਠੇ ਹੋਵਾਂਗੇ, ਗੱਲ ਸੁਣ ਹੀ ਰੇ ਹੁਣ। ਆ ਦਰਦ ਦੋਸਤੋ ਪੰਜਾਬੀਆਂ ਦਾ ਨਹੀਂ ਦੇਖ ਹੁੰਦਾ ਜਿੱਥੇ ਕਿ ਦੋ, ਤਾਂ ਇਹ ਵੀਡੀਓ ਹਰ ਇੱਕ ਬੰਦੇ ਨੂੰ ਸੋਚਣ ਅਤੇ ਬੇਹੱਦ ਭਾਵੁਕ ਕਰਕੇ ਰੱਖ ਦੇਵੇਗੀ। ਜਦੋਂ ਦੋ ਰੂਹਾਂ ਏਅਰਪੋਰਟ ਉੱਤੇ ਵਿਛੜਦੀਆਂ ਹਨ ਤਾਂ ਫਿਰ ਅੱਖਾਂ ਦੇ ਵਿੱਚੋਂ ਹੰਝੂ ਤਾਂ ਆ ਹੀ ਜਾਂਦੇ ਹਨ। ਜਿੱਥੇ ਕਿ ਦੋ, ਤਾਂ ਇਹ ਮੁੰਡੇ ਦੀ ਘਰਵਾਲੀ ਜੋ ਕਿ ਚੰਗੇ ਭਵਿੱਖ ਨੂੰ ਲੈ ਕੇ ਕੈਨੇਡਾ ਦੇ ਵਿੱਚ ਜਾ ਰਹੀ ਸੀ, ਪਰ ਏਅਰਪੋਰਟ ਉੱਤੇ ਜਦੋਂ ਇਹ ਦੋਵੇਂ ਜਾਣੇ ਵੱਖ ਹੋਏ ਤਾਂ ਫਿਰ ਮੁੰਡੇ ਦੀਆਂ ਅੱਖਾਂ ਦੇ ਵਿੱਚੋਂ ਨਹੀਂ ਰੁਕੇ ਹੰਝੂ। ਜਿੱਥੇ ਕਿ ਦੋ, ਤਾਂ ਮੁੰਡੇ ਦੀ ਘਰਵਾਲੀ ਵੀ ਬੇਹੱਦ ਭਾਵੁਕ ਹੋ ਗਈ ਅਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ। ਜਿੱਥੇ ਕਿ ਦੋ, ਤਾਂ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੁੰਦੇ ਰਹਿੰਦੇ ਹਨ ਜੋ ਕਿ ਹਰ ਇੱਕ ਬੰਦੇ ਨੂੰ ਸੋਚਣ ਦੇ ਲਈ ਬੇਹੱਦ ਮਜਬੂਰ ਕਰ ਦਿੰਦੇ ਹਨ। ਬੇਸ਼ੱਕ ਦੋਸਤੋ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਪੰਜਾਬੀ ਬੇਹੱਦ ਚਾਹਵਾਨ ਹਨ, ਪਰ ਜਦੋਂ ਉਹ ਏਅਰਪੋਰਟ ਉੱਤੇ ਵਿਛੜਦੇ ਹਨ ਤਾਂ ਫਿਰ ਉਹਨਾਂ ਦੇ ਦਿਲ ਵਿੱਚ ਦਰਦ ਜੋ ਪੈਂਦੀ ਵਿਛੜਿਆਂ ਦੀ ਖੋ ਉਹ ਕਦੇ ਵੀ ਭੁਲਾਈ ਨਹੀਂ ਜਾ ਸਕਦੀ। ਕਿ ਦੋਸਤੋ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਜਾਂ ਨਹੀਂ, ਆਪਣੀ ਰਾਏ ਜ਼ਰੂਰ ਦਿਓ। ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ। ਸਾਡੇ ਚੈਨਲ ਨੂੰ ਸਬਸਕ੍ਰਾਈਬ